ਤੇ ਅੰਮਾ ਬਾਬਾ ਨਾਰਾਜ਼ ਤੇ ਰਹੇ। ਇਬਾਦਤ ਵੀ ਨਹੀਂ ਕਰ, ਸ਼ਿਰਕ ਵੀ ਨਾ ਕਰ। ਔਰ ਮਾਂ ਬਾਪ ਦੀ ਇੱਜ਼ਤ ਵੀ ਕਰ, ਇਬਾਦਤ ਬੜੀ ਲੇਕਿਨ ਵੱਡੀ ਇਬਾਦਤ ਜ਼ਿਆਰਤ ਮੁਸਤਫਾ, ਜ਼ਿਆਰਤ ਮੁਸਤਫਾ ਕਰਨ ਵਾਲਾ। ਅਗਰ ਅੰਮਾ ਬਾਬੇ ਦੀ ਗੁਸਤਾਖੀ ਕਰਵੇ, ਅੰਮਾ ਦੀ ਗੁਸਤਾਖੀ ਕਰ ਲਏ, ਅੱਲਾਹ ਫਰਮਾਉਂਦਾ ਭਾਵੇਂ ਮੇਰੇ ਯਾਰ ਦੇ ਨਾਲ ਬਹਿ ਕੇ ਨਮਾਜ਼ਾਂ ਪੜ੍ਹਦਾ ਰਹੇ, ਰੋਜ਼ੇ ਰੱਖਦਾ ਰਹੇ, ਹੱਜਾਂ ਕਰਦਾ ਰਹੇ, ਜ਼ਕਾਤਾਂ ਦਿੰਦਾ ਰਹੇ, ਖੈਰਾਤ ਕਰਦਾ ਰਹੇ, ਮਹਿਸੂਸ ਹੋਈ ਸਵਾਰੀ ਦੀ ਜ਼ਰੂਰਤ ਮਹਿਸੂਸ ਹੋਈ, ਥੱਕ ਕੇ ਮਜ਼ਬੂਰ ਕੀਤਾ। ਉਹਦਾ ਰਾਬਤਾ ਤਾਂ ਡਾਇਰੈਕਟ ਖੁਦਾ ਨਾਲ ਹੁੰਦਾ ਨਾ, ਬੋਲੋ ਤੁਸੀਂ ਨਾ ਅੱਲਾਹ ਦਾ ਨਬੀ ਉਸ ਖੁਦਾ ਦੀ ਬਾਰਗਾਹ ਵਿੱਚ ਅਰਜ਼ ਕਰਦਾ ਹੈ, ਮੇਰੇ ਮੌਲਾ ਥੱਕ ਗਿਆ, ਯਾ ਰਸੂਲ ਯਾ ਇਲਾਹੁਲ ਆਲਮੀਨ ਮੈਂ ਥੱਕ ਗਿਆ ਵਾ, ਮੌਲਾ ਤੇਰਾ ਕਲੀਮ ਲਾ ਥੱਕ ਗਿਆ ਹੈ। ਮੇਰੇ ਰੱਬੇ ਜ਼ੁਲ ਜਲਾਲ ਨੇ ਫਰਮਾਇਆ, ਸੋਹਣਿਆ ਕੀ ਚਾਹੁੰਦਾ ਹੈ? ਉਸ ਵੇਲੇ ਅੱਲਾ ਦੇ ਕਲੀਮ ਨੇ ਅਰਜ਼ ਕੀਤੀ, ਮੌਲਾ ਕੋਈ ਸਵਾਰੀ ਦਾ ਬੰਦੋਬਸਤ ਹੋ ਜਾਏ, ਕੋਈ ਸਵਾਰੀ ਦਾ ਬੰਦੋਬਸਤ ਹੋ ਜਾਏ। ਮੇਰੇ ਅੱਲਾ ਨੇ ਫਰਮਾਇਆ, ਪਹਾੜੀ ਦੀ ਦੂਜੀ ਜਾਨ ਵਜਾ, ਮੇਰਾ ਇੱਕ ਮਕਬੂਲ ਬੰਦਾ ਬੈਠਾ ਹੀ ਤੇਰੇ ਵਾਸਤੇ ਸਵਾਰੀ ਦਾ ਇੰਤਜ਼ਾਰ ਕਰ ਦੇਵੇਗਾ। ਅੱਲਾ ਦਾ ਕਲੀਮ ਪਹਾੜੀ ਚੜਿਆ, ਜਦੋਂ ਦੂਜੀ ਜਾਨ ਪਿਆ, ਅੱਲਾ ਦਾ ਬੰਦਾ ਬੈਠਾ ਹੈ, ਕੀ ਬੈਠਾ ਕਰਦਾ ਹੈ? ਅੱਲਾ ਅੱਲਾ ਅੱਲਾ
ਵਿੱਚ ਬੈਠਾ ਇੱਕ ਸਵਾਰੀ ਕਿੱਥੇ ਆਉਣੀ ਸੀ ਲਾਗੇ ਤਾਂ ਕਿ ਸਵਾਰੀ ਖੜੀ ਨਜ਼ਰ ਤੇ ਨਹੀਂ ਆਉਣੀ ਅਤਾ ਤਵਲੀ ਮੁਸਕਰਾ ਪਿਆ ਅਸਮਾਨ ਤੇ ਬਦਲੀ ਦਾ ਟੁਕੜਾ ਪੈ ਜਾਂਦਾ ਇਸ਼ਾਰਾ ਕਿਤੇ ਥੱਲੇ ਆ ਮੇਰੀ ਆ ਸਵਾਰੀ ਦੀ ਲੋੜ ਪੈ ਗਈ ਬਦਲੀ ਦਾ ਟੁਕੜਾ ਥੱਲੇ ਆਇਆ ਤੇ ਸਵਾਰੀ ਬਣ ਗਿਆ ਲੈ ਸੁਣਿਆ ਸਵਾਰੀ ਤਿਆਰ ਹੋ ਗਈ ਬੇਸ਼ੱਕ ਤੇਰਾ ਉਹਦਾ ਇਸ ਤੋਂ ਵੱਡਾ ਹੈ ਤੂੰ ਇਸ ਨਾਲ ਵੀ ਸੋਹਣੀਆਂ ਸਵਾਰੀਆਂ ਬਣਾ ਸਕਦਾ ਹੈ ਲੇਕਿਨ ਦੱਸਣਾ ਇਹ ਚਾਹੁੰਦਾ ਸਾ ਜਿਹੜਾ ਸਾਡਾ ਬਣ ਜਾਏ ਨਾ ਨਬੀ ਤੋਂ ਇਲਾਵਾ ਵੀ ਜਿਹੜਾ ਸਾਡਾ ਬਣ ਜਾਏ ਨਾ ਅਸੀਂ ਉਹਨੂੰ ਇੱਦਾਂ ਇੱਜ਼ਤਾਂ ਦੇਣੀ ਆ ਅੱਲਾ ਦੇ ਕਲੀਮ ਨੇ ਫਰਮਾਇਆ ਵੀ ਮੈਂ ਉਦੋਂ ਤੱਕ ਨਹੀਂ ਹੋ ਬਹਿਣਾ ਜਦੋਂ ਤੱਕ ਮੈਨੂੰ ਪਤਾ ਨਾ ਲੱਗੇ ਇਹ ਪਾਇਆ ਕਿੱਥੋਂ ਹੈ ਉਹ ਵਰਨਾ ਰੁਕ ਜਾ ਯਾਰ ਠਹਿਰ ਜਾ ਅੱਲਾ ਦਾ ਕਲੀਮ ਫਰਮਾਉਂਦਾ ਹੈ ਦੱਸ ਪਾਈ ਕਿੱਥੋਂ ਆਈ ਤਵੱਜੋ ਉਸ ਵੇਲੇ ਬੋਲ ਕੇ ਅੰਦਰ ਸੁਣਿਆ ਹੋਰ ਕਮਾਲ ਕੋਈ ਨਹੀਂ 40 ਸਾਲ ਅੱਲਾ ਦੀ ਖਿਦਮਤ ਕੀਤੀ 40 ਸਾਲ ਅੱਲਾ ਦੀ ਖਿਦਮਤ ਕੀਤੀ ਹੈ ਕੰਤੇ ਨਜ਼ਾਏ ਅੱਲਾ ਨੇ ਦੁਆ ਵਾਸਤੇ ਹੱਥ ਉਠਾਇਆ ਤਵੱਜੋ ਤਵੱਜੋ ਅੱਲਾ ਨੇ ਦੁਆ ਵਾਸਤੇ ਹੱਥ ਉਠਾਇਆ ਯਾ ਅੱਲਾ ਬਿਲਕੁਲ ਗਵਾ ਲਿਆ ਲੇਕਿਨ ਅਹਿਸਾਸ ਮਾਂ ਵਿੱਚ ਹੋਇਆ
لہذا گل مان لو جنہ نے باہیں ڈیلا گواہ لیا ویلے تو بعد ہی انہوں وکال آ گئے یہ تو گل کسی سے پاؤں نے دسی تاجداری مدینہ صلی اللہ علیہ وسلم نے فرمایا کہ جیڑی تھوڑی اما تھوڑی ماں تھوڑی ماں دیا سہیلیاں تھوڑی ماں دیا بہن انہوں نے پیار کریا کر تھوڑی ماں تھوڑے تے راضی ہونے گی تھوڑا باپ تھوڑے باپ دے دوست تھوڑے باپ دے بھائی فرمایا ہر جمعے اما بابے دی قبر دی زیارت کریا کر کے انہاں دی قبر دی فاتحہ خوانی پڑھیا کر نماز پڑھیا کر تیرا اما بابا تیرے تے راضی ہوئے گا خیرات کریا کر تیرا اما بابا بولو تے صحیح رب راضی بولو تے صحیح اما بابا راضی تے رب راضی جیہدے تے رب راضی ہو جائے رب عز و جلال اپنی رحمت دے دروازے تو آخر بس یہ کرانگا مرے اپنے
ਉਹ ਇਸ ਚੀਜ਼ ਨੂੰ ਸਾਹਮਣੇ ਰੱਖਦੇ ਨੇ ਇਹ ਆਪਣੇ ਨਾਲ ਇਹਦਾ ਚੰਗਾ ਹੈ ਇਹਨੂੰ ਵਫਾ ਦਾ ਮਨ ਲਾਉਂਦਾ ਹੈ ਇਹ ਚੰਗੇ ਦਾ ਚੰਗੇ ਦਾ ਚੰਗੇ ਦਾ ਚੰਗੇ ਦਾ ਚੰਗੇ ਦਾ ਤਾਂ ਕੋਈ ਉਸ ਦੇ ਜੀ ਜਾ ਰਿਸ਼ਤੇ ਬਚਾਓ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਕਦਰ ਕਰੋ ਤੇ ਕਦਰ ਵਾਲੇ ਬਣੋ ਇੱਕ ਮੇਰੀ ਯਾਦ ਤੁਹਾਨੂੰ ਜ਼ਿਆਦੀ ਕਰੇਗਾ ਦੂਸਰੀ ਮੇਰੀ ਜ਼ਿਆਦੀ ਕਰੇਗਾ ਹਰ ਕਿਸੇ ਦੇ ਰਿਸ਼ਤਾ ਨਹੀਂ ਹੋ ਜਾਏ ਕਿ ਉਹਨੂੰ ਅਹਿਸਾਸ ਜ਼ਰੂਰ ਆਏਗਾ ਅਹਿਸਾਸ ਜ਼ਰੂਰ ਆਏਗਾ ਯਾਰ ਮੈਂ ਆਪਣੇ ਭਾਈ ਨਾਲ ਮੈਂ ਆਪਣੇ ਬੇਟੇ ਨਾਲ ਮੈਂ ਆਪਣੀ ਮਾਂ ਨਾਲ ਜ਼ਿਆਦੀ ਤੋਂ ਜ਼ਿਆਦੀ ਕਰ ਲਾ ਬੋਲੋ ਕਿਸੇ ਨਾਲ ਤੋ ਆਖਦੀ ਹੋਈ ਗੱਲ اپنی رحمت کا سب اپنے پیارے کریم محبوب صلی اللہ علیہ وسلم کے پیارے فرمان توفیق نصیب فرمائے آمین أعوذ بالله من الشيطان الرجيم بسم الله الرحمن الرحيم هو الله الذي لا إله إلا هو